ਜੋ ਅੱਜ ਸਾਡੀਆਂ ਸਾਰੀਆਂ ਸਿੱਖ ਜਥੇਬੰਦੀਆਂ, ਸਿੱਖ ਤਾਲਮੇਲ ਕਮੇਟੀ ਤੋਂ, ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਜੋ ਅਸੀਂ ਸਾਰੇ ਇਕੱਤਰ ਹੋਏ ਸੀ, ਉਹਦਾ ਇੱਕ ਕਾਰਨ ਸੀ ਵੀ ਇੱਕ ਜਿਹੜੀ ਕੰਗਨਾ ਰਣੌਤ ਇੱਕ ਐਕਟਰੈਸ ਹੈ, ਜਿਹੜੀ ਕਿ ਐਕਟਰੈਸ ਤੋਂ ਬਾਅਦ ਹੁਣ ਉਹ ਲੋਕਾਂ ਦਾ ਪ੍ਰਤੀਨਿਧ ਕਰਨ ਵਾਲੀ ਇੱਕ ਐੱਮ ਪੀ ਵੀ ਬਣ ਚੁੱਕੀ ਹੈ। ਐੱਮ ਪੀ ਦਾ ਇੱਕ ਰੁਤਬਾ ਜਿਹੜਾ ਸਤਿਕਾਰਯੋਗ ਰੁਤਬਾ ਹੁੰਦਾ, ਅਤੇ ਪਰ ਜਿਹੜੀ ਕੰਗਨਾ ਰਣੌਤ ਹੈ ਉਹ ਜਿਸ ਸੰਬੰਧ 'ਚ ਅਸੀਂ ਅੱਜ ਗਏ ਸਾਂ, ਜਿਹੜੀ ਉਹ ਐਮਰਜੈਂਸੀ ਫਿਲਮ ਵਾਲੀ ਜਿਹੜੀ ਗੱਲ, ਉਹ ਫਿਲਮ ਵੀ ਜਿਹੜੀ ਹੈ ਉਹਦੇ ਐੱਮ ਪੀ ਬਣਨ ਤੋਂ ਪਹਿਲਾਂ ਦੀ ਉਹ ਫਿਲਮ ਬਣ ਚੁੱਕੀ ਹੋਈ ਹੈ। ਹੁਣ ਉਹ ਫਿਲਮ ਵੀ ਪਹਿਲਾਂ ਬਣ ਚੁੱਕੀ ਹੈ, ਅਤੇ ਜਾਂ ਕੰਗਨਾ ਰਣੌਤ ਦੇ ਤੁਸੀਂ ਗਾਹੇ ਬਗਾਏ ਦੇਖੋ, ਕਦੀ ਉਹ ਏਅਰਪੋਰਟ 'ਤੇ ਜਾਂ ਕਦੀ ਕਿਤੇ ਹੋਰ, ਉਹ ਸਿੱਖਾਂ ਨੂੰ ਜਿਹੜਾ ਉਹਦੇ ਮਨ 'ਚ ਸਿੱਖਾਂ ਪ੍ਰਤੀ ਜਿਹੜੀ ਹੈ ਉਹ ਬੜੇ ਜ਼ਹਿਰ ਹੈ। ਉਹ ਹਰ ਇੱਕ ਸਿੱਖ ਨੂੰ ਜਦੋਂ ਕਿਤੇ ਵੇਖਦੀ ਹੈ ਜਾਂ ਪਗੜੀਧਾਰੀ ਨੂੰ ਵੇਖਦੀ ਹੈ ਤਾਂ ਉਹਨੂੰ ਉਹ ਅੱਤਵਾਦੀ ਕਹਿੰਦੀ ਹੈ। ਹੁਣ ਹਰ ਸਿੱਖ ਅੱਤਵਾਦੀ ਕਿੱਦਾਂ ਬਣ ਜਾਏਗਾ? ਜਾਂ ਜੇ ਉੱਥੇ ਕਿਸਾਨ ਜਥੇਬੰਦੀਆਂ ਦਾ ਜਾਂ ਕਿਸਾਨ ਸੰਘਰਸ਼ ਜਿਹੜਾ ਲੱਗਾ ਸੀ, ਉੱਥੇ ਜਿਹੜੀਆਂ ਉਹ ਬੀਬੀਆਂ, ਉਹਨਾਂ ਜਿਹੜੀਆਂ ਬੀਬੀਆਂ ਨੇ ਉਹਦੇ 'ਚ ਬੈਠੀਆਂ ਜਾਂ ਕੀਤੀਆਂ, ਉਹਨਾਂ ਬਾਰੇ ਵੀ ਬਹੁਤ ਗਲਤ ਲਫ਼ਜ਼ ਬੋਲਣੇ ਜਾਂ ਕਹਿਣੇ, ਉਹਦੀ ਇੱਕ ਮਾਨਸਿਕਤਾ ਜਿਹੜੀ ਹੈ ਉਹ ਸਾਨੂੰ ਸਮਝ ਆ ਗਈ ਵੀ ਇਹ ਸਿੱਖਾਂ ਦੇ ਪ੍ਰਤੀ ਜਿਹੜੀ ਹੈ ਇਹਦੇ ਮਨ 'ਚ ਬਹੁਤ ਜ਼ਹਿਰ ਹੈ। ਉਸ ਜ਼ਹਿਰ ਨੂੰ ਦੇਖੋ, ਫਿਲਮ ਦਾ ਨਾਮ, ਫਿਲਮ ਦਾ ਥੀਮ, ਫਿਲਮ ਦਾ ਸਾਰਾ ਕੁਝ ਉਹ ਇੱਕ ਐਮਰਜੈਂਸੀ ਦੇ ਉੱਤੇ ਉਹ ਉਹਨਾਂ ਨੇ ਫੋਕਸ ਕੀਤਾ। ਹੁਣ ਉਹ ਐਮਰਜੈਂਸੀ ਜਿਹੜੀ ਹੈ ਉਹ ਸਨ 1973 ਤੋਂ ਲੱਗੀ ਅਤੇ 1975 'ਚ ਖਤਮ ਹੋ ਗਈ। ਹੁਣ ਜੇ 73 ਤੋਂ ਚੱਲ ਕੇ ਜੇ 1975 ਤੱਕ ਉਹ ਇੰਦਰਾ ਗਾਂਧੀ ਨੇ ਲਾਈ ਕੀਤੀ, ਜਾਂ ਉਹ ਕਾਂਗਰਸ ਦੀ ਸੀ, ਇਹ ਬੀਜੇਪੀ ਤੋਂ ਹੈ, ਜਾਂ ਇਹਦੇ ਪਿੱਛੇ ਜਿਹੜੀ ਇਹਨੂੰ ਸਪੋਰਟ ਹੈ ਉਹ ਬੀਜੇਪੀ ਦੀ ਹੈ, ਉਹ ਇੱਕ ਸੋਚ ਨੂੰ, ਇੱਕ ਕਲੈਸ਼ ਨੂੰ ਇੱਕ ਕਰਦਿਆਂ ਕਰਦਿਆਂ ਉਹਦੇ ਵਿੱਚ ਤੁਸੀਂ ਜਿਹੜਾ ਉਹ ਟੀਜ਼ਰ ਉਹਦਾ ਰਿਲੀਜ਼ ਹੋਇਆ, ਉਸ ਟੀਜ਼ਰ 'ਚ ਦੇਖੋ ਉਹਨੇ ਸਿੱਖਾਂ ਨੂੰ ਵੀ ਜਿਹੜਾ ਉਹ ਬੜਾ ਨੈਗੇਟਿਵ ਵਾਲਾ ਉਹਨਾਂ ਦਾ ਇੱਕ ਕਿਰਦਾਰ ਸ਼ੋਅ ਕਰਕੇ ਉਹਨਾਂ ਨੂੰ ਰਿਪ੍ਰੈਜੈਂਟ ਕੀਤਾ ਹੈ। ਔਰ ਜਿਨ੍ਹਾਂ ਨੂੰ ਸਿੱਖ ਕੌਮ ਸ਼ਹੀਦ ਮੰਨ ਚੁੱਕੀ ਹੈ, ਜਿਨ੍ਹਾਂ ਨੂੰ ਸੰਤ ਕਹਿ ਕੇ ਉਹਨਾਂ ਨੂੰ ਜਿਹੜਾ ਉਹ ਉਚਾਰਿਆ ਜਾਂਦਾ ਹੈ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਹੁਣ ਉਹਨਾਂ ਨੂੰ ਕਦੀ ਵੀ ਉਹਨਾਂ ਦੀਆਂ ਕੋਈ ਵੀ ਵੀਡੀਓਜ਼, ਕੋਈ ਵੀ ਰਿਕਾਰਡਿੰਗ ਜਾਂ ਕਿਤੇ ਵੀ ਉਹਨਾਂ ਨੇ ਕਦੀ ਕੋਈ ਆਪਣੇ ਉਹ ਖਾਲਿਸਤਾਨ ਦੀ ਮੰਗ ਵਾਲੀ ਗੱਲ ਜਾਂ ਕਿਤੇ ਉਹ ਰੱਖੀ ਨਹੀਂ, ਕੀਤੀ ਨਹੀਂ। ਔਰ ਇਹਦੇ ਵਿੱਚ ਜਿਹੜਾ ਉਹਨੇ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਦਾ ਜਿਹੜਾ ਕਿਰਦਾਰ ਨਿਭਾਉਣ ਦੇ ਲਈ ਜਿਹੜਾ ਇੱਕ ਐਕਟਰ ਉਹਨੂੰ ਚੁਣਿਆ, ਉਹਨੂੰ ਨਕਲੀਆਂ ਦਾੜੀਆਂ ਲਾ ਕੇ ਅਤੇ ਉਹਨੂੰ ਉਹਦੇ ਮੂੰਹ ਤੋਂ ਇਹ ਲਫ਼ਜ਼ ਘੁਆਏ ਗਏ ਕਿ ਅਸੀਂ ਮੈਂ ਖਾਲਿਸਤਾਨ ਦੀ ਮੰਗ ਕਰਦਾ। ਦੇਖੋ, ਸਿੱਖਾਂ ਨੇ ਆਪਣੇ ਅਨੰਦਪੁਰ ਮਤੇ 'ਤੇ, ਸਿੱਖਾਂ ਨੇ ਖਾਲਸ ਰਾਜ ਲਈ, ਜਾਂ ਸਿੱਖਾਂ ਨੇ ਇੱਕ ਧਰਮ ਦੇ ਉੱਤੇ ਜਿਹੜੀ ਉਹ ਪਹਿਰੇ ਦੇਣ ਦੀ ਜਿਹੜੀ ਗੱਲ ਹੈ ਉਹ ਤਾਂ ਜ਼ਰੂਰ ਕੀਤੀ, ਬਾਕੀ ਕਿਸੇ ਵੀ ਹੋਰ ਧਰਮ ਦੇ ਉੱਤੇ ਜਾਂ ਕਿਸੇ ਧਰਮ ਨੂੰ ਅਣਗੋਲਿਆਂ ਕਰਨਾ ਜਾਂ ਧਰਮ ਨੂੰ ਕਿਸੇ ਦੀ ਨਿੰਦਿਆ ਕਰਨਾ ਉਹ ਕਿਤੇ ਵੀ ਸਾਡੇ ਇਤਿਹਾਸ 'ਚ ਕਿਤੇ ਨਹੀਂ ਹੈ। ਸਾਡੇ ਗੁਰੂ ਸਾਹਿਬਾਨ ਨੇ ਤਾਂ 4 ਵਰਨਾਂ ਦੀ ਗੱਲ ਕੀਤੀ ਸੀ, ਜਿਹਦੇ 'ਚ ਉਹਨਾਂ ਨੇ ਸਾਰੇ ਹੀ ਸ਼ੂਦ, ਵੈਦ, ਬ੍ਰਾਹਮੀ ਵੈਦ, ਬ੍ਰਾਹਮਣ, ਸਿੱਖ ਸਾਰਿਆਂ ਨੂੰ ਉਹਨਾਂ ਨੇ ਇੱਕ ਕਰਕੇ ਉਹਦਾ ਉਹ ਰੱਖਿਆ ਸੀ। ਹੁਣ ਗੱਲ ਸੀ ਵੀ ਇਹ ਜਿਹੜੀ ਸਿੱਖਾਂ ਦੇ ਉੱਤੇ ਜਿਹੜੀ ਕਟਾਸ਼ ਕਰਨ ਵਾਲੀ ਗੱਲ ਜਾਂ ਸਿੱਖ ਦੀਆਂ ਇੱਕ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚਾਉਣ ਵਾਲੀ ਗੱਲ, ਉਹਦੇ ਵਾਸਤੇ ਅਸੀਂ ਸਵੇਰ ਤੋਂ ਇਸ ਸਾਰੇ ਜਿੰਨੇ PVR ਸਿਨੇਮਾ ਨੇ ਜਲੰਧਰ ਦੇ ਅੰਦਰ ਉਹਨਾਂ ਦੇ ਮੁਖੀਆਂ ਨੂੰ, ਪਲੱਸ ਜਿਹੜੀ ਕਮਿਸ਼ਨਰੇਟ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ, ਉਹਨਾਂ ਸਾਰਿਆਂ ਨੂੰ ਮਿਲ ਕੇ ਹੁਣ ਉਹ ਜਾ ਕੇ ਜਿਹੜਾ ਉਹ 4 ਨੰਬਰ ਥਾਣੇ 'ਚ ਬਕਾਇਦਾ ਹੁਣ ਜਿਹੜਾ ਪਰਚਾ ਜਿਹੜਾ ਉਹ ਕੰਗਨਾ ਰਣੌਤ ਤੇ ਹੋਰ ਦਰਜ ਕੀਤਾ ਜਾ ਰਿਹਾ। ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ? ਹਾਂ, ਚੱਲ ਰਹੀ ਹੈ। ਮੈਂ ਹੁਣੇ ਉਹ ਬਿਆਨ ਲਿਖਾ ਰਿਹਾ ਸੀ।
ਅਤੇ ਉਹਦੇ ਵਿੱਚ ਹੁਣੇ ਥੋੜ੍ਹੀ ਦੇਰ 'ਚ ਉਹ ਐਫ ਆਈ ਆਰ ਦਾ ਨੰਬਰ ਔਰ ਜਿਹੜੀਆਂ ਅੰਡਰ ਸੈਕਸ਼ਨ ਹੈ ਉਹ ਸਾਰਾ ਤੁਹਾਨੂੰ ਦੱਸ ਕੀ ਦਿਆਂ। ਤੁਹਾਡੀ ਮੰਗ ਹੈ ਫਿਲਮ ਨਾ ਲੱਗੀ ਜਾਵੇ? ਇਸ ਫਿਲਮ ਨੂੰ ਅਸੀਂ ਕਿਸੇ ਹਾਲਤ 'ਚ ਵੀ ਅਸੀਂ ਰਿਲੀਜ਼ ਨਹੀਂ ਹੋਣ ਦੇਣਾ। ਪੰਜਾਬ ਜਾਂ ਪੂਰੇ ਇੰਡੀਆ ਦੇ ਵਿੱਚ ਕੀ ਸਾਡੇ ਕੀ? ਅਸੀਂ ਆਪਣੀ ਮੰਗ ਜਿਹੜੀ ਹੈ ਉਹ ਪੂਰੇ ਵਰਲਡ ਵਾਸਤੇ ਰੱਖਦੇ ਹਾਂ, ਜਾਂ ਕਿਸੇ ਵੀ ਹੋਈ ਕਿਸੇ ਵੀ ਕਿਸੇ ਮੁਲਕ ਦੇ ਵਿੱਚ ਵੀ ਇਹ ਨਾ ਹੋਵੇ, ਪਰ ਅਸੀਂ ਜਿਹੜੀ ਆਪਣੇ ਵੱਲੋਂ ਸਾਡੀ ਸਿੱਖ ਤਾਲਮੇਲ ਕਮੇਟੀ ਵੱਲੋਂ ਅਸੀਂ ਜਾਂ ਸਾਡੇ ਐਸ ਜੀ ਪੀ ਸੀ ਦੇ ਮੁਖੀ ਜਾਂ ਸਾਡੇ ਜਥੇਦਾਰ ਅਕਾਲ ਤਖ਼ਤ ਨੇ ਕੱਲ੍ਹ ਤੋਂ ਜਿਹੜੇ ਆ ਉਹ ਆਦੇਸ਼ ਜਾਰੀ ਕਰਤੇ ਆ, ਉਹਨਾਂ ਨੇ ਕਹਿਤਾ ਵੀ ਅਸੀਂ ਇਹ ਫਿਲਮ ਦੀ ਨਿਖੇਧੀ ਕਰਦੇ ਹਾਂ ਔਰ ਫਿਲਮ ਨੂੰ ਨਹੀਂ ਰਿਲੀਜ਼ ਹੋਣ ਦਿਆਂਗੇ। ਇਸ ਲਈ ਪੰਜਾਬ ਵਾਲੀ ਗੱਲ ਤਾਂ 100% ਹੈ, ਬਾਕੀ ਹੋਰ ਸੂਬਿਆਂ ਦੇ ਵਿੱਚ ਵੀ ਅਸੀਂ ਉੱਥੋਂ ਦੀਆਂ ਸਰਕਾਰਾਂ ਨੂੰ ਇਹ ਕਹਾਂਗੇ ਵੀ ਤੁਸੀਂ ਕਿਸੇ ਧਰਮ ਨੂੰ ਇੱਕ ਕਟਾਸ਼ ਕਰਨ ਵਾਲੀ ਜਿਹੜੀ ਫਿਲਮ ਹੈ ਉਹਨੂੰ ਕਿਤੇ ਵੀ ਰਿਲੀਜ਼ ਨਾ ਕਰੋ।